ਧੰਨ ਮੋਤੀ ਜਿਨ ਪੁੰਨ ਕਮਾਇਆ, ਗੁਰੂ ਲਾਲਾਂ ਤਾਈਂ ਦੁੱਧ ਪਿਲਾਇਆ। ਜੀ ਹਾਂ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਬਾਬਾ ਮੋਤੀ ਰਾਮ ਮਹਿਰਾ ਵੱਲੋਂ ਠੰਡੇ ਬੁਰਜ ਵਿੱਚ ਕੈਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਗਤ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਹੱਥਾਂ ਦੇ ਨਾਲ ਗਰਮ ਦੁੱਧ ਦੀ ਸੇਵਾ ਕੀਤੀ ਸੀ। ਪਹਿਲਾਂ ਸੰਗਤਾਂ ਨੂੰ ਦਰਸ਼ਨ ਕਰਾ ਦਿੰਦੇ ਹਾਂ, ਉਹ ਪਵਿੱਤਰ ਜੋ ਗਲਾਸ ਨੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀ ਰਾਮ ਮਹਿਰਾ ਵੱਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਪਿਲਾਇਆ ਗਿਆ ਸੀ, ਕਿਉਂਕਿ ਪੋਹ ਦੀਆਂ ਠੰਡੋ ਠਾਰ ਰਾਤਾਂ ਦੇ ਵਿੱਚ ਜਦੋਂ ਮੁਗਲ ਹਕੂਮਤ ਵੱਲੋਂ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਤਾਂ ਬਾਬਾ ਮੋਤੀ ਰਾਮ ਜੀ ਮਹਿਰਾ ਵੱਲੋਂ ਉਹਨਾਂ ਨੂੰ ਗਰਮ ਦੁੱਧ ਪਿਲਾਇਆ ਗਿਆ ਅਤੇ ਤਿੰਨੋਂ ਦਿਨ ਇਸੇ ਤਰ੍ਹਾਂ ਦੁੱਧ ਪਿਲਾਉਂਦੇ ਰਹੇ, ਬਾਬਾ ਜੀ ਵੱਲੋਂ ਸੇਵਾ ਕੀਤੀ ਜਾਂਦੀ ਰਹੀ। ਅਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸ਼ਹੀਦੀ ਜੋੜ ਮੇਲ ਮੌਕੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ। ਕੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸਾਹਿਬ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਜੀ। ਹਾਂਜੀ ਚੇਅਰਮੈਨ ਸਾਹਿਬ, ਸ਼ਹੀਦੀ ਜੋੜ ਮੇਲ ਦੇ ਮੌਕੇ ਕੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਕੀਤੇ ਜਾਂਦੇ ਨੇ? ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀ ਸਾਰੀ ਸੰਗਤ ਨੂੰ PTC ਨਿਊਜ਼ ਚੈਨਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਕਿ ਜਿਹੜੇ ਸ਼ਹੀਦੀ ਸਲਾਨਾ ਜੋੜ ਮੇਲ ਦੇ ਉੱਪਰ ਅਮਰ ਸ਼ਹੀਦ ਬਾਬਾ ਮੋਤੀ ਮਹਿਰਾ ਚੈਰੀਟੇਬਲ ਟਰੱਸਟ ਫਤਿਹਗੜ੍ਹ ਸਾਹਿਬ ਗੁਰਦੁਆਰਾ, ਜਿੱਥੇ ਤੁਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਆਏ ਹੋ, ਇੱਥੋਂ ਦਾ ਜਿਹੜਾ ਪ੍ਰਬੰਧ ਆ, ਸਲਾਨਾ ਹਰ ਸਾਲ ਸ਼ਹੀਦੀ ਜੋੜ ਮੇਲ ਹੁੰਦਾ ਅਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ। ਟਰੱਸਟ ਵੱਲੋਂ ਸੰਗਤਾਂ ਦੇ ਰਹਿਣ ਵਾਸਤੇ ਉਹਨਾਂ ਨੂੰ ਕਮਰਿਆਂ ਦਾ ਪ੍ਰਬੰਧ ਕੀਤਾ ਜਾਂਦਾ, ਉਹਨਾਂ ਨੂੰ ਨਹਾਉਣ ਦਾ, ਠਹਿਰਨ ਦਾ ਆਰਾਮ ਘਰ ਬਣਾਏ ਜਾਂਦੇ, ਉਹਨਾਂ ਵਾਸਤੇ ਉਹਨਾਂ ਦੀ ਸਹੂਲਤ ਵਾਸਤੇ ਹਰ ਚੀਜ਼ ਜਿਹੜੀ ਹੈ ਸਹੂਲਤ ਦਿੱਤੀ ਜਾਂਦੀ ਆ। ਤੋ ਮੈਂ ਸਮਝਦਾ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਦੀ ਬੜੀ ਮਹਾਨ ਕੁਰਬਾਨੀ ਆ, ਜਿਨ੍ਹਾਂ ਨੇ ਠੰਡੇ ਬੁਰਜ ਵਿੱਚ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ 3 ਦਿਨ ਦੁੱਧ ਦੀ ਸੇਵਾ ਕੀਤੀ ਸੀ, ਗੁਰੂ ਦੇ ਆਨੰਦ ਸੇਵਕ ਜਿਹੜੇ ਬਾਬਾ ਮੋਤੀ ਮਹਿਰਾ, ਉਹਨਾਂ ਦੀ ਕੁਰਬਾਨੀ ਵੀ ਬਹੁਤ ਵੱਡੀ ਮਹਾਨ ਆ ਕਿ ਦੁੱਧ ਦੇ ਬਦਲੇ ਪੂਰੇ ਪਰਿਵਾਰ ਨੂੰ ਕੁਲਾੜੀ 'ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸਥਾਨ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ, ਇੱਥੇ ਉਹ ਪਵਿੱਤਰ ਗਲਾਸ ਨੇ ਜਿਨ੍ਹਾਂ ਗਲਾਸਾਂ ਦੇ ਵਿੱਚ ਬਾਬਾ ਜੀ ਨੇ ਦੁੱਧ ਛਕਾਇਆ ਸੀ। ਸੰਗਤਾਂ ਦੂਰੋਂ ਨੇੜਿਓਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ ਅਤੇ ਉਹਨਾਂ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਕੇ ਨਮਸਤਕ ਹੁੰਦੀਆਂ ਨੇ। ਚੇਅਰਮੈਨ ਸਾਹਿਬ, ਦੇਖਿਆ ਗਿਆ ਕਿ ਬਾਹਰ ਗੁਰਦੁਆਰਾ ਸਾਹਿਬ ਦੇ ਦੁੱਧ ਦਾ ਲੰਗਰ ਵੀ ਛਕਾਇਆ ਜਾਂਦਾ, ਇਹ ਕਿੰਨੇ ਦਿਨ ਚੱਲਦਾ ਜੀ? ਇਹ ਤਕਰੀਬਨ ਸੰਗਤਾਂ ਵੱਲੋਂ ਵੀ, ਟਰੱਸਟ ਵੱਲੋਂ ਵੀ ਅਸੀਂ ਸਾਰੇ ਬਹੁਤ ਵੱਡਾ ਉਪਰਾਲਾ ਕਰਦੇ ਨੇ। ਜਿਹੜੇ ਸੰਗਤ 26, 27, 28 3 ਦਿਨ ਦਾ ਵਿਸ਼ੇਸ਼ ਪ੍ਰੋਗਰਾਮ ਹੁੰਦਾ ਸਾਲਾਨਾ, ਉਹੀ ਹੁੰਦਾ ਜਿਵੇਂ ਅੱਜ ਤੁਸੀਂ ਵੇਖ ਰਹੇ ਹੋ ਸੰਗਤਾਂ ਦਾ ਕਿੰਨਾ ਭਾਰੀ ਇਕੱਠ ਵਾ। ਤੋ ਸੰਗਤਾਂ ਦੀ ਸਹੂਲਤ ਵਾਸਤੇ ਟਰੱਸਟ ਵੱਲੋਂ ਕਮਰਿਆਂ ਦਾ ਵੀ ਇੱਥੇ ਪ੍ਰਬੰਧ ਕੀਤਾ ਜਾਂਦਾ, ਜਿੱਥੇ ਆ ਕੇ ਸੰਗਤ ਠਹਿਰ ਸਕਦੀ ਹੈ ਉਹਨਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ। ਅਸੀਂ ਆਪਣੇ ਵੱਲੋਂ ਉਪਰਾਲਾ ਕੀਤਾ ਕਿ ਪਿਛਲੇ ਸਮੇਂ ਜਿਵੇਂ ਲੰਗਰ ਵਾਸਤੇ ਸਾਡੇ ਕੋਲੋਂ ਮਸ਼ੀਨ ਆ, ਉਹਦੇ ਰਾਹੀਂ ਪ੍ਰਸ਼ਾਦੇ ਤਿਆਰ ਹੁੰਦੇ ਨੇ, ਸਟੀਮ ਪਲਾਂਟ ਲਾਇਆ ਹੋਇਆ, ਸੋਲਰ ਸਿਸਟਮ ਆ, ਸਾਰੇ ਸਿਸਟਮ ਜਿਹੜੇ ਸੰਗਤਾਂ ਦੀ ਸਹੂਲਤ ਵਾਸਤੇ ਲਾਏ ਹੋਏ। ਧਾਰਮਿਕ ਸਮਾਗਮ ਕੀ ਕਰਵਾਏ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ? ਹਾਂ ਬਿਲਕੁਲ, ਅਸੀਂ ਪਿਛਲੇ ਦਿਨੀ ਸਫਰੇ ਸ਼ਹਾਦਤ ਦਾ ਪ੍ਰੋਗਰਾਮ ਜਿਹੜਾ ਰੱਖਿਆ ਸੀ 21 ਫਰਵਰੀ ਨੂੰ, ਉਹ ਵੀ ਸੰਗਤਾਂ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਚੱਲਿਆ। ਉਹਦੇ ਵਿੱਚ ਵੀ ਵੱਖ ਵੱਖ ਜਿਹੜੀ ਜਥੇਬੰਦੀਆਂ ਦੇ ਨੇ, ਧਾਰਮਿਕ ਆਗੂ ਸਾਹਿਬਾਨ ਉਹ ਵੀ ਆਏ ਨੇ, ਅਤੇ ਬਹੁਤ ਸਾਰੇ ਕੀਰਤਨੀ ਜਥੇ ਜਿਨ੍ਹਾਂ ਨੇ ਇਤਿਹਾਸ ਨੂੰ ਬਾਬਾ ਜੀ ਅਤੇ ਬਾਬਾ ਮੋਤੀ ਮਹਿਰਾ ਜੀ ਅਤੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਇਤਿਹਾਸ ਜਿਹੜਾ ਸੰਗਤਾਂ ਨੂੰ ਸੁਣਾ ਕੇ ਨਾਲ ਨਿਹਾਲ ਕਰਦੀਆਂ ਨੇ।
ਸੋ ਇਸ ਸਨ ਚੇਅਰਮੈਨ ਨਿਰਮਲ ਸਿੰਘ ਜੋ ਗੁਰਦੁਆਰਾ ਸਾਹਿਬ ਦਾ ਟਰੱਸਟ ਬਣਿਆ ਹੋਇਆ, ਉਹਨਾਂ ਨੇ ਜਾਣਕਾਰੀ ਦਿੱਤੀ ਕਿ ਸੰਗਤਾਂ ਨੂੰ ਦਰਸ਼ਨ ਵੀ ਕਰਾਏ ਨੇ। ਇਹ ਉਹ ਪਵਿੱਤਰ ਗਲਾਸ ਨੇ ਜਿਨ੍ਹਾਂ ਦੇ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਬਾਬਾ ਮੋਤੀ ਰਾਮ ਮਹਿਰਾ ਵੱਲੋਂ ਗਰਮ ਦੁੱਧ ਛਕਾਉਣ ਦੀ ਸੇਵਾ ਕਰਵਾਈ ਗਈ। ਅਤੇ ਇਹਨਾਂ ਤਿੰਨ ਰੋਜ਼ਾ ਸਮਾਗਮਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰੇ ਨਤਮਸਤਕ ਹੋ ਗਏ। ਇਹਨਾਂ ਮਹਾਨ ਸ਼ਹੀਦਾਂ ਨੂੰ ਵੀ ਸ਼ਰਧਾਂਜਲੀਆਂ ਭੇਂਟ ਕਰਦੀਆਂ ਹਨ। ਜਗਦੇਵ ਸਿੰਘ, PTC ਨਿਊਜ਼, ਫਤਿਹਗੜ੍ਹ ਸਾਹਿਬ।